ਦੁਨਿਆਲਾ ਪਿੰਡ ਦੇ ਵਿੱਚ ਬਹੁਤ ਫੋਰਸ ਲਾ ਕੇ ਇਹ ਬਹੁਤ ਧੱਕਾ ਕਰ ਰਹੇ ਹੈ। ਇੱਥੇ ਯੂਨੀਅਨ ਦੇ ਬੰਦੇ ਥੋੜ੍ਹੇ ਹੈਗੇ, ਘੱਟੋ ਘੱਟ 200 ਬੰਦਾ ਪੁਲਿਸ ਦਾ ਲਾ ਕੇ ਇਹ ਧੱਕਾ ਕਰ ਰਿਹਾ, ਵਾਹਣਾਂ ਨੂੰ ਵਾਹੀ ਜਾਂਦੀ ਹੈ ਜੀ। ਜਿਹੜਾ ਕੋਈ ਬੰਦਾ ਮੂਹਰੇ ਰੌਲਾ ਪਾਉਂਦਾ ਉਹਨੂੰ ਅੰਦਰ ਜਾ ਕੇ ਬੰਦ ਕਰ ਦਿੰਦੀ ਹੈ। ਆਹ ਸਾਡਾ ਦੁਨਿਆਲਾ ਦਾ ਪ੍ਰਧਾਨ ਹੈ ਜੀ, ਇਹਨੂੰ ਘੇਰਦੇ ਫਿਰਦੇ ਹੈ। ਉਹ ਵਿਚਾਰਾ ਮੂਹਰੇ ਪੈਣ ਦੀ ਕੋਸ਼ਿਸ਼ ਕਰਦਾ, ਬੰਦੇ ਥੋੜ੍ਹੇ ਆ ਕਿਸਾਨ ਯੂਨੀਅਨ ਦੇ। ਪ੍ਰਸ਼ਾਸਨ ਨੇ ਇੰਨੇ ਟਰੈਕਟਰ ਵਾੜੇ ਹੋਏ ਹੈ, ਪੂਰਾ ਧੱਕਾ ਕਰ ਰਹੇ ਹੈ ਪਿੰਡ ਦੁਨਿਆਲ ਦੇ ਨਾਲ, ਮਗਰ ਫੋਰਸ ਲਾਈ ਹੋਈ ਹੈ ਅਤੇ ਬੰਦਿਆਂ ਨੂੰ ਚੱਕ ਚੱਕ ਕੇ ਗੱਡੀਆਂ ਦੇ ਵਿੱਚ ਵਾੜ ਰਹੇ ਹੈ। ਬਠਿੰਡਾ ਦੇ ਪਿੰਡ ਦੁਨੇਵਾਲਾ ਅਤੇ ਸ਼ੇਰਗੜ੍ਹ ਵਿਖੇ ਭਾਰਤਮਾਲਾ ਸੜਕ ਲੰਘਣੀ ਹੈ, ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਇਸ ਦਾ ਕਬਜ਼ਾ ਨਹੀਂ ਦਿੱਤਾ ਜਾ ਰਿਹਾ ਤੇ ਜ਼ਿਆਦਾ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨੇੜਲੇ ਪਿੰਡ ਕੋਟਸ਼ਮੀਰ ਅਤੇ ਪਥਰਾਲਾ ਵਿਖੇ 75 ਤੋਂ 76 ਲੱਖ ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ ਅਤੇ ਇੱਥੇ ਪੈਸੇ ਘੱਟ ਦਿੱਤੇ ਜਾ ਰਹੇ ਨੇ, ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਤਾਂ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ JCB ਮਸ਼ੀਨਾਂ ਅਤੇ ਟਰੈਕਟਰ ਦੇ ਨਾਲ ਕਿਸਾਨਾਂ ਦੀ ਬੀਜੀ ਹੋਈ ਫਸਲ ਦੇ ਉੱਤੇ ਕਬਜ਼ਾ ਕਰ ਲਿਆ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਹਾਂਜੀ ਪ੍ਰਧਾਨ ਜੀ, ਜੋ ਅੱਜ ਦੁਨਿਆਲੇ ਦੇ ਸ਼ੇਰਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜ਼ਮੀਨ ਵਾਹੀ ਜਾ ਰਹੀ ਹੈ ਅਤੇ ਕਬਜ਼ਾ ਲਿਆ ਜਾ ਰਿਹਾ, ਕੀ ਮਾਮਲਾ ਜੀ ਇਹ? ਹਾਂ, ਮੈਂ ਰਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹ ਸੰਗਤ ਬਲਾਕ ਦਾ ਸੀਨੀਅਰ ਮੀਤ ਪ੍ਰਧਾਨ। ਜਿਹੜਾ ਦੁਨਿਆਲੇ ਦੇ ਵਿੱਚ ਭਾਰਤਮਾਲਾ ਨੂੰ ਲੈ ਕੇ ਅੱਜ ਵੀ ਪ੍ਰਸ਼ਾਸਨ ਚੜ੍ਹ ਕੇ ਆਇਆ ਤੜਕੇ ਸੁਬਹ ਵੇਲੇ, ਇਹ ਲੰਮੇ ਡੂਢ ਸਾਲ ਤੋਂ ਘੱਟੋ ਘੱਟ ਇਹ ਚੱਲ ਰਿਹਾ ਮੋਰਚਾ ਹੈ। ਬਹੁਤ ਵਾਰੀ ਮੀਟਿੰਗਾਂ ਹੋ ਗਈਆਂ ਪਰ ਸਰਕਾਰ ਜਿਹੜਾ ਉਹ ਨਿਗੂਣਾ ਮੁਆਵਜ਼ਾ ਦੇ ਕੇ ਉਹ ਵੀ ਹੇਰੂ ਖੇਰੂ ਕਰਕੇ ਜ਼ਮੀਨਾਂ ਦੇ ਉੱਤੇ ਧੱਕੇ ਨਾਲ ਜਿਹੜਾ ਅੱਜ ਕਬਜ਼ਾ ਕਰ ਰਿਹਾ, ਪਹਿਲਾਂ ਵੀ ਵਾਰ ਵਾਰ ਚੜ੍ਹ ਕੇ ਅੱਜ ਫਿਰ ਲਹੋ ਵੱਡੀ ਫੋਰਸ ਕਰਕੇ ਤਿਆਰ ਆਪਦਾ ਸੜਕ ਦੇ ਉੱਤੇ ਕਬਜ਼ਾ ਕੀਤਾ। ਇਹ ਲੋਕਾਂ ਦੇ ਉੱਤੇ ਧੱਕਾ, ਪਹਿਲਾਂ ਵੀ ਜਦੋਂ ਗੱਲਾਂ ਬਾਤ ਚੱਲੀ ਹੈ, ਜਦੋਂ ਪਥਰਾਲੇ ਪਿੱਛੇ 76-77 ਲੱਖ ਰੁਪਇਆ ਦਿੱਤਾ, ਕੋਟਸ਼ਮੀਰ ਵੀ 70-72 ਲੱਖ ਰੁਪਇਆ ਦਿੱਤਾ, ਫਿਰ ਆਹ ਤਿੰਨ ਪਿੰਡਾਂ ਨਾਲ ਜਿਹੜਾ ਮਤਰੇਈ ਮਾਲ ਆ ਜਿਹੜਾ ਸਲੂਕ ਕੀਤਾ ਜਾ ਰਿਹਾ, ਇਹਨਾਂ ਨੂੰ ਨਿਗੂਣਾ ਮੁਆਵਜ਼ਾ ਦੇ ਕੇ ਜਿਹੜਾ ਧੱਕੇ ਨਾਲ ਕਬਜ਼ਾ ਜਿਹੜਾ ਸੜਕ 'ਤੇ ਕੀਤਾ ਜਾ ਰਿਹਾ, ਅੱਜ ਉਹਦਾ ਵਿਰੋਧ ਵੀ ਕਰ ਰਹੇ ਹਾਂ ਅਸੀਂ। ਸਾਡੇ ਬੰਦੇ ਆ ਜਿਹੜੇ ਉਹ ਰੈਸਟ ਵੀ ਕੀਤੇ ਆ, ਉਹਨਾਂ ਨੇ ਸ਼ੇਰਗੜ੍ਹ ਕੰਮ ਚਲਾਇਆ, ਉਹਨਾਂ ਨੇ ਇੱਧਰ ਦੁਨਿਆਲੇ ਵੀ ਸਾਡੇ ਬੰਦੇ ਉਹਨਾਂ ਨੇ ਰੈਸਟ ਕਰਕੇ ਗੱਡੀਆਂ 'ਚ ਬਾਹਰ ਰੱਖਿਆ, ਦੂਜੇ ਬੰਦਿਆਂ ਨੂੰ ਧੱਕੇ ਨਾਲ ਪਾਸੇ ਕਰਕੇ, ਉਹ ਕਣਕ ਹੈ ਜਿਹੜੀ ਉੱਗਰਨ ਵਾਲੀ ਸੀਗੀ ਢੰਗੂਰ ਮਾਰੇ ਹੋਏ ਸੀ, ਅੱਜ ਉਹ ਤਬਾਹ ਕਰਤੀ ਇਹਨਾਂ ਨੇ। ਇਹ ਬਹੁਤ ਵੱਡਾ ਜਿਹੜਾ ਸਾਡਾ ਨੁਕਸਾਨ ਕੀਤਾ ਹੈ ਸਰਕਾਰ ਦਾ, ਇਹ ਬਿਲਕੁਲ ਧੱਕਾ ਕਿਸਾਨਾਂ ਨਾਲ, ਬਿਨਾਂ ਮੁਆਵਜ਼ਾ ਦਿੱਤੇ ਜਿਹੜਾ ਕਬਜ਼ਾ ਕਰ ਰਹੇ ਹਾਂ। ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਹਾਂ, ਮੰਗ ਤਾਂ ਸਾਡੀ ਇਹੀ ਹੈ, ਦੇਖੋ ਅਸੀਂ ਪ੍ਰੋਜੈਕਟ ਰੋਕਣਾ ਤਾਂ ਚਾਹੁੰਦੇ ਨਹੀਂ ਗੇ, ਪਰ ਅਸੀਂ ਇਹਨੇ ਵੀ ਜਿਹੜਾ ਪਿੱਛੇ ਰੇਟ ਦਿੱਤਾ ਉਹ ਰੇਟ ਦੇ ਦੇਣ, ਅਤੇ ਜਿਹੜੇ ਕਾਸ਼ਤਕਾਰ ਕਿਸਾਨ ਹੈ ਜਿਨ੍ਹਾਂ ਦਾ ਜ਼ਮੀਨ ਕਬਜ਼ਾ ਹੈਗਾ ਜਿਨ੍ਹਾਂ ਦਾ, ਉਹਨਾਂ ਕਿਸਾਨਾਂ ਦੇ ਖਾਤਿਆਂ 'ਚ ਜਿਹੜੇ ਰੁਪਈਏ ਪਾਏ ਜਾਣ, ਅਤੇ ਜਿਹੜਾ ਬਾਕੀ ਖਾਲ ਪਈਆਂ ਦਾ ਹੈਗਾ ਉੱਥੋਂ ਦੀ ਪਾਈਪ ਲਾਈਨਾਂ ਜਿਹੜੀਆਂ ਉਹ ਸੇਮ ਨਾਲੇ 'ਚੋਂ ਪਾਈਆਂ ਹੋਈਆਂ, ਗੰਦਾ ਪਾਣੀ ਚੱਕ ਜਿਹੜਾ ਆਪਦੀ ਫਸਲ ਨੂੰ ਸਿੰਚਾਈ ਕਰਦੇ, ਉਹ ਬਾਹਣ ਜਿਹੜੇ ਬਹਾਲ ਕੀਤੇ ਉਹਨਾਂ ਨੇ, ਉਹ ਪਾਈਪਾਂ ਜਿਹੜੀਆਂ ਉਵੇਂ ਬਹਾਲ ਰੱਖੀਆਂ ਜਾਣ। ਆਹ ਦੋ ਤਿੰਨ ਸਾਡੀਆਂ ਤਿੰਨ ਮੰਗਾਂ ਹੈਗੀਆਂ। ਅਸੀਂ ਕੋਈ ਐਂ ਨਹੀਂ ਵੀ ਪ੍ਰੋਜੈਕਟ ਦੇ ਵਿਰੋਧੀ ਨਹੀਂ, ਪ੍ਰੋਜੈਕਟ ਨਹੀਂ ਰੋਕ ਰਹੇ ਅਸੀਂ, ਪਰ ਅਸੀਂ ਤਾਂ ਮੁਆਵਜ਼ਾ ਮੰਗ ਰਹੇ ਹੱਕ ਆ ਜਿਹੜਾ ਹੈਗਾ, ਕਿਉਂਕਿ ਪਥਰਾਲੇ ਦਾ ਅਤੇ ਇੱਥੇ ਦੁਨਿਆਲੇ ਦੀ ਧਰਤੀ ਦਾ ਕੋਈ ਫਰਕ ਨਹੀਂ ਗਾ, ਬਲਕਿ ਪਥਰਾਲੇ ਨਾਲੋਂ ਇਹ ਧਰਤੀ ਚੰਗੀ ਹੈ। ਇਸ ਕਰਕੇ ਵੀ ਜਿਹੜਾ ਪਥਰਾਲੀ ਰੇਟ ਦਾ ਜਾਂ ਸ਼ਮੀਰ ਤਾਂ ਉਹ ਰੇਟ ਦੇ ਦੇਣ, ਅਤੇ ਸਾਡਾ ਤਾਂ ਉਨ੍ਹਾਂ ਚਿਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪਾਉਣ ਨਹੀਂ ਦੇਵਾਂਗੇ। ਠੀਕ, ਅੱਜ ਧੱਕਾ ਕਰ ਲੈਣਗੇ, ਕੱਲ੍ਹ ਨੂੰ ਅਸੀਂ ਵੱਡੀ ਗਿਣਤੀ 'ਚ ਫਿਰ ਇਕੱਠੇ ਹੋ ਕੇ ਮੂਹਰੇ ਆਵਾਂਗੇ।